ਫਗਵਾੜਾ ਦੇ ਗੋਲ ਚੌਂਕ 'ਚ ਵਾਪਰੇ ਇੱਕ ਸੜਕੀ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਗੁਰਾਇਆ ਸਾਈਡ ਤੋਂ ਉੱਚੀ ਆਵਾਜ਼ 'ਚ ਗੀਤ ਲਗਾ ਕੇ ਆ ਰਹੇ ਇੱਕ ਟਰੈਕਟਰ ਚਾਲਕ ਨੇ ਗੋਲ ਚੌਂਕ ਕੋਲ ਖੜ੍ਹੇ ਮੋਟਰਸਾਈਕਲ ਨੂੰ ਆਪਣੀ ਚਪੇਟ 'ਚ ਲੈ ਲਿਆ, ਜਿਸ 'ਚ ਦੋਨੋਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਟਰੈਕਟਰ ਚਾਲਕ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾ ਕੇ ਆਪ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਹਸਪਤਾਲ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਸ਼ੋਕ ਕੁਮਾਰ ਵਾਸੀ ਟੱਕ ਪਡੋਰੀ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਆਰੋਪੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦਕਿ ਟਰੈਕਟਰ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਇਹ ਸਾਨੂੰ ਇੱਕ ਤਲਾਹ ਮਿਲੀ ਸੀ ਕਿ ਜਿਹੜਾ ਪੇਪਰ ਚੌਂਕ ਦੇ ਵਿੱਚ ਜਿਹੜਾ ਮੋਟਰਸਾਈਕਲ ਅਤੇ ਜੌਨ ਡੀਅਰ ਟਰੈਕਟਰ ਦਾ ਜਿਹੜਾ ਐਕਸੀਡੈਂਟ ਹੋਇਆ ਸੀ, ਜਿਸ ਨਾਲ ਜਿਹੜਾ ਹਸਪਤਾਲ ਦੋਵੇਂ ਜ਼ਖਮੀ ਹੋਏ ਸੀ ਮੋਟਰਸਾਈਕਲ ਵਾਲੇ, ਅਤੇ ਜਿਹਨਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਲੈ ਗਏ ਸੀਗੇ। ਉੱਥੇ ਜਾਂਦੇ ਜਾਂਦੇ ਇੱਕ ਜਿਹੜਾ ਅਸ਼ੋਕ ਕੁਮਾਰ ਨਾਮ ਦਾ ਵਿਅਕਤੀ, ਉਹਦੀ ਮੌਤ ਹੋ ਗਈ ਹੈ। ਅਤੇ ਜਿਹੜੀ ਹੈ ਟਰੈਕਟਰ ਵਾਲੇ ਦੇ ਡਰਾਈਵਰ ਦੇ ਖਿਲਾਫ਼ ਡਰਾਈਵਰ ਦਾ ਪਤਾ ਲੱਗ ਗਿਆ? ਡਰਾਈਵਰ ਦਾ ਪਤਾ ਕਰ ਰਹੇ ਜਿਹੜਾ ਟਰੈਕਟਰ ਅਸੀਂ ਕਬਜ਼ੇ ਲੈ ਲਿਆ ਸਾਂਝ ਟੀਵੀ।